ਨਾਇਗਰਾ ਫਾਲ ਤੁਸੀਂ ਕੈਨੇਡਾ ਦੇ ਵਿੱਚ ਤਾਂ ਦੇਖਿਆ ਹੋਣਾ, ਪਰ ਪੰਜਾਬ ਦੇ ਵਿੱਚ ਨਾਇਗਰਾ ਫਾਲ ਕਿੱਥੇ ਆ? ਅੱਜ ਪਹਿਲੀ ਵਾਰ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਨਾਇਗਰਾ ਫਾਲ। ਤੁਹਾਨੂੰ ਅਸੀਂ ਵੀਡੀਓ ਦਿਖਾਵਾਂਗੇ ਵੀ, ਲੋਕੇਸ਼ਨ ਵੀ ਦਿਖਾਵਾਂਗੇ ਅਤੇ ਪੂਰੀ ਐਡਰੈਸ ਵੀ ਤੁਹਾਨੂੰ ਦੱਸਾਂਗੇ ਕਿੱਥੇ ਹੈ। ਅਤੇ ਆਸ ਕਰਦੇ ਹਾਂ ਕਿ ਤੁਹਾਨੂੰ ਲੋਕੇਸ਼ਨ ਅਤੇ ਵੀਡੀਓ ਪਸੰਦ ਆਊਗੀ। ਅਤੇ ਅਨੰਦਪੁਰ ਸਾਹਿਬ ਵਾਲਿਆਂ ਨੇ ਅਤੇ ਆਲੇ ਦੁਆਲੇ ਦੇ ਪਿੰਡਾਂ ਨੇ ਤਾਂ ਉਹ 100% ਲੋਕੇਸ਼ਨ ਦੇਖੀ ਹੋਊਗੀ। ਸਪੈਸ਼ਲੀ ਇਹ ਉਹਨਾਂ ਲਈ ਹੈ ਜਿਹੜੇ ਬਾਹਰ ਹੈ, ਜਿਨ੍ਹਾਂ ਨੂੰ ਹਜੇ ਨਹੀਂ ਪਤਾ, ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਜਿਨ੍ਹਾਂ ਨੇ ਪਹਿਲੀ ਵਾਰ ਇਹ ਲੋਕੇਸ਼ਨ ਦੇਖੀ ਹੈ। ਉਹ ਮੁੱਲੀ ਵਾਲੇ ਨਾਲੇ ਮੱਕੀ ਦੇ ਪਰੌਂਠੇ ਆਪ ਜਾ ਕੇ ਲੰਡਨ ਵਿੱਚ ਬਹਿ ਗਿਆ, ਧੁੱਪੇ ਮੈਂ ਪਕਾਈਆਂ ਰੋਟੀਆਂ। ਲਗੇ ਰਹੋ ਸ਼ਾਬਾਸ਼, ਖਿੱਚ ਕੇ ਰੱਖੋ ਕੰਮ ਨੂੰ। ਆਪ ਜਾ ਕੇ ਲੰਡਨ ਵਿੱਚ ਬਹਿ ਗਿਆ, ਧੁੱਪੇ ਮੈਂ ਪਕਾਈਆਂ ਰੋਟੀਆਂ। ਰੋਟੀਆਂ ਗਰਮ ਗਰਮ, ਇਹਦੇ ਨਾਲ ਹੁਣ ਤੁਸੀਂ ਫਿਰ ਦਹੀਂ ਦਿਓਗੇ ਅੱਜ ਮੈਨੂੰ ਕਿ ਮੱਖਣ? ਮੱਖਣ ਵੀ ਜੇ ਹੁੰਦਾ ਨਾ ਇਹਦੇ ਉੱਪਰ, ਮੱਖਣ ਲੱਗਿਆ ਹੋਵੇ ਗਰਮ ਗਰਮ, ਤੇ ਨਾਲ ਦਹੀਂ ਹੋਵੇ ਤੇ ਨਾਲ ਚਾਹ ਹੋਵੇ, ਬਸ ਇੱਕ ਪਰਮ ਹੋਵੇ, ਤੇ ਇੱਕ ਤੂੰ ਹੋਵੇ ਤੇ ਇੱਕ ਮੈਂ ਹੋਵਾਂ, ਇੱਕ ਵੱਖਰੀ ਜੀ ਹੋਵੇ ਥਾਂ ਮਾਈਆ, ਗੱਲ ਤੇਰੀ ਮੇਰੀ ਬਣਦੀ ਹੈ ਥਾਂ ਮਾਈਆ। ਜਲਦੀ ਜਲਦੀ ਕੰਮ ਕਰ ਦੋ ਸ਼ੁਰੂ। ਅੱਜ ਹੈਗਾ ਜੀ ਸ਼ਨੀਵਾਰ, ਸ਼ਨੀਵਾਰ ਨੂੰ ਸਾਡਾ ਕੰਮ ਹੁੰਦਾ ਰੋਪੜ। ਰੋਪੜ ਅਸੀਂ ਕੰਮ ਕਰਿਆ ਹੈ, ਕੰਮ ਦੇ ਵਿੱਚ ਨਾ ਅਸੀਂ ਜ਼ਿਆਦਾ ਵੀਡੀਓ ਨਹੀਂ ਬਣਾ ਸਕਦੇ, ਉੱਥੇ ਥੋੜ੍ਹਾ ਪ੍ਰੋਟੈਕਸ਼ਨ ਹੁੰਦੀ ਹੈ ਹੈ ਨਾ। ਅਤੇ ਉਸ ਤੋਂ ਬਾਅਦ ਫਿਰ ਅਸੀਂ ਹੁਣ 3 ਵੱਜ ਗਏ, ਕੰਮ ਹੋ ਗਿਆ ਫ੍ਰੀ। ਅਤੇ ਮੇਰਾ ਇੱਕ ਦੋਸਤ ਹੈ ਘਨੌਲੀ ਤੋਂ ਗੁਰਦੀਪ, ਉਹ ਮੇਰੇ ਨਾਲ ਆਇਆ ਹੋਇਆ ਅਤੇ ਉਹ ਮੈਨੂੰ ਘਨੌਲੀ ਉਤਾਰ ਗਿਆ। ਇਸ ਟਾਈਮ ਅਸੀਂ ਖੜ੍ਹੇ ਹਾਂ ਘਨੌਲੀ, ਇੱਧਰੋਂ ਰੋਪੜ ਤੋਂ ਆਏ ਸੀਗੇ। ਇਹ ਹੈ ਇੱਧਰੋਂ ਚਲੇ ਜਾਂਦਾ ਫਿਰ ਨਾਲਾਗੜ੍ਹ 12 ਕਿਲੋਮੀਟਰ, ਇੱਧਰੋਂ ਮੈਨੂੰ ਫਿਰ ਹੁਣ ਬੱਸ ਮਿਲ ਜਾਣੀ ਇੱਧਰੋਂ ਅਨੰਦਪੁਰ ਸਾਹਿਬ ਨੂੰ। ਇੱਥੇ ਫਿਰ ਅਸੀਂ ਅੱਜ ਚਾਹ ਪਾਣੀ ਪੀਤੀ ਹੈ, ਸਮੋਸੇ ਖਾਧੇ ਹਨ, ਕੰਮ ਸੈੱਟ ਕਰਤਾ। ਇਹ ਗੁਰਦੀਪ ਉਹਨੂੰ ਮਿਲ ਰਿਹਾ ਜਿਹੜਾ ਆਪਣੇ ਦੁਕਾਨਦਾਰ ਹੈ ਇੱਥੇ ਦੇ, ਇਹ ਹੈ ਮਿਸਟਰ ਗੁਰਦੀਪ ਸਿੰਘ ਜੀ, ਇੱਥੋਂ ਦੇ ਹੀ ਹੈ, ਇੱਧਰ ਪਿੰਡ ਹੈ ਇਹਦੇ ਬਿਲਕੁਲ ਨਾਲ ਹੀ, 1/2 ਕਿਲੋਮੀਟਰ ਜਾ ਕੇ ਨਾ ਸੈਣੀ ਮਾਜਰਾ ਆਪਣੀ ਕਿਹੜਾ ਹੈ ਇੱਦਾਂ ਕੁਛ ਬਿੱਕੋ ਬਿੱਕੋ ਪਿੰਡ। ਅਤੇ ਗੁਰਦੀਪ ਤੇਰਾ ਉਹ ਇੱਥੇ ਹੀ ਪਿੰਡ ਬਿੱਕੋ 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 ਦਾ ਆੜੀ ਹੈ ਇਹ, ਸਾਰੇ ਆੜੀ ਦੇ ਬਿੱਕੋ। ਐਂ ਕਰ ਤੂੰ ਫਿਰ ਨਿਕਲ ਇੱਥੋਂ, ਕੋਈ ਨਾ ਕੋਈ ਬੱਸ ਆ ਜਾਣੀ, ਬੱਸ ਤੇ ਚੱਲ ਜਾਣਾ। ਹਾਂ ਤੂੰ ਕਹਿਣਾ ਉੱਥੇ ਜਾ ਕੇ ਕੰਮ ਕੁੰਮ ਦੇ ਕੋਈ। ਓਕੇ ਬ੍ਰਦਰ, ਚੱਲ ਠੀਕ ਹੈ ਫਿਰ, ਓਕੇ ਮਿਲਦੇ ਹਾਂ ਫਿਰ, ਓਕੇ ਬਾਏ। ਬਸ 6 ਤਰੀਕ ਤੋਂ ਲੈ ਕੇ 10 ਤਰੀਕ ਤੱਕ ਕੋਈ ਛੁੱਟੀ ਨਹੀਂ ਹੈਗੀ, ਉਸ ਤੋਂ ਬਾਅਦ ਫਿਰ ਤੁਸੀਂ ਜੋ ਮਰਜ਼ੀ ਕਰੀ ਜਾਓ। ਆ ਗਈ ਬਸ, ਤੂੰ ਚੱਲਾਂ ਲੈ ਕੇ, ਬੱਸ ਆ ਗਈ ਜਿਹੜੀ ਸ਼ਿਵ ਪ੍ਰਾਈਵੇਟ ਬੱਸ, ਇਹਦੇ ਵਿੱਚ ਚੱਲ ਜਾਣਾ। ਚਲੋ ਵੀਰੇ ਚਲੋ, ਘਨੌਲੀ ਤੋਂ ਬੱਸ ਸਾਨੂੰ ਮਿਲ ਗਈ ਅਤੇ ਹੁਣ ਬੱਸ ਨੂੰ ਚੱਲ ਜਾਣਾ। ਪ੍ਰਾਈਵੇਟ ਬੱਸ 'ਚ ਵੀ ਸਫ਼ਰ ਕਰਨਾ ਆਪਣੇ ਮਜ਼ਾ ਆਇਆ। ਆ ਪੈੜੀ ਫੱਟੇ ਲੈ ਗਿਆ ਡੈਡੀ, ਪੈੜੀ ਫੱਟੇ ਸ਼ਟਰਿੰਗ ਵਾਸਤੇ ਨਵੇਂ, ਉੱਥੇ ਕਰਾਂਗੇ ਸ਼ੁਰੂ। ਮੈਂ ਫਿਰ ਨਾਲ ਵੀਡੀਓ ਬਣਾ ਲੈਂਦਾ ਹੁੰਦਾ ਮੈਂ, ਹੈ ਨਾ, ਵਧੀਆ ਨਾ ਗੱਲ ਕਰੀਏ, ਰਖਾਈਏ ਚਲੋ। ਹਾਂ ਡੈਡੀ ਬਿੱਲ ਬਣਿਆ, ਆ ਬਿੱਲ ਸਾਹ ਚੜ ਗਿਆ। ਆ ਜਿੰਨੇ ਵੀ ਪੈੜੀ ਫੱਟੇ ਸੀਗੇ, ਜਿੰਨਾ ਵੀ ਸਮਾਨ ਸੀਗਾ ਉਹ ਅਸੀਂ ਉਤਾਰ ਲਿਆ ਅਤੇ ਇੱਥੇ ਰੱਖਦੇ, 2 ਢੇਰੀਆਂ ਬਣਾਤੀਆਂ। ਇਹ ਪੈੜੀ ਫੱਟੇ ਸੀਗੇ ਜਿਹਨੂੰ ਬੜੇ 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 ਫੱਟੇ ਕਹਿੰਦੇ ਆ, ਇੱਕ ਛੋਟੇ ਹੁੰਦੇ 4-5 ਫੁੱਟ ਦੇ ਉਹ ਫੱਟੇ ਹੁੰਦੇ ਆ, ਇਹ ਪੈੜੀ ਫੱਟੇ ਇੱਕ ਆ ਅਤੇ ਇੱਕ ਉਹ ਦੋ ਪਾਸੇ। ਇਹ ਇੱਕ ਫੱਟਾ 20-20 ਕਿਲੋ ਦਾ ਹੈ ਅਤੇ ਆਉਂਦੇ ਸਾਰ ਹੀ ਦੇਖੋ ਡਿਊਟੀ ਤੋਂ ਆਉਂਦੇ ਸਾਰ ਹੀ ਕੰਮ 'ਤੇ ਲੱਗ ਗਏ ਅਤੇ ਇਹ ਅਸੀਂ ਇੱਥੇ ਰੱਖਤਾ। ਹੁਣ ਇਹਦੇ ਪਰ ਲਾਵਾਂਗੇ ਅਸੀਂ ਨਾਮ। ਹੋ ਕੰਮ ਤੋਂ ਆਏ ਅਤੇ ਹੁਣੀ ਪਸੀਨੋ ਪਸੀਨੇ ਹੋ ਕੇ ਕੰਮ ਕਰ ਲਿਆ। ਪਰ ਇਹ ਕੰਮ ਕਰਨ ਦਾ ਇਹ ਇੱਕ ਫਾਇਦਾ ਹੈ, ਭਾਰੀ ਕੰਮ ਕਰਨ ਦਾ ਫਿਰ ਜਿੰਮ ਜਾਣ ਦੀ ਲੋੜ ਨਹੀਂ ਹੈਗੀ, ਇੱਥੇ ਕਸਰਤ ਹੋ ਜਾਂਦੀ ਆ। ਪਸੀਨੋ ਪਸੀਨੇ ਹੋ ਗਏ ਦੇਖਿਆ ਅਤੇ ਉਹ ਫਿਰ ਇੰਨੇ ਪਸੀਨੇ ਹੋ ਗਏ, ਫਿਰ ਜੀ ਐਂ ਕਰਦਾ ਇੱਕੋਦਮ ਦਸਤਾਰ ਉਤਾਰਦੀ ਆਉਂਦੇ ਸਾਰੀ। ਸਭ ਤੋਂ ਪਹਿਲਾਂ ਤਾਂ ਦਸਤਾਰ ਖੋਲ੍ਹੀਏ, ਚੇਂਜ ਹੋਈਏ, ਫਰੈਸ਼ ਹੋਈਏ, ਉਸ ਤੋਂ ਬਾਅਦ ਗੱਲ ਕਰਦੇ ਹਾਂ। ਕੱਪੜੇ ਅਸੀਂ ਕਰ ਲਏ ਚੇਂਜ, ਹੁਣ ਚੱਲੇ ਆਪਣੇ ਫਾਰਮ ਹਾਊਸ ਦੇ ਵਿੱਚ। ਉਸ ਤੋਂ ਪਹਿਲਾਂ ਇੱਕ ਤੁਹਾਨੂੰ ਬਹੁਤ ਵਧੀਆ ਲੋਕੇਸ਼ਨ ਦਿਖਾਉਣੀ ਹੈ, ਅਨੰਦਪੁਰ ਸਾਹਿਬ ਵਾਲਿਆਂ ਨੇ ਤਾਂ ਉਹ ਸਾਰਿਆਂ ਨੇ ਤਕਰੀਬਨ ਦੇਖ ਲਈ ਹੋਣੀ ਹੈ।
पर थोनों एक जो बाहर वाले आ उन्होंने एक लोकेशन दिखानी है आनंदपुर साहब के मैं आस है कि थोड़ा सारे पसंद आऊंगी। आज दिखाइए फिर जी। वैसे तो इतने असं वीडियो बना नहीं सकते ना असं फोटो खिंच सकते हैं, पर इन्ना भी इतने सख्त हदायत नहीं हैगी असं इतने वीडियो तो फोटोग्राफी नहीं कर सकते। पर अरे कितनी वधिया लोकेशन है ना, वो सामने डैम है गंगूवाल पावर हाउस, तो वह उतों पानी आता नीचे नू ते बहुत ठंडी हवा आती है, तो इतने इन्ना वजे ड्रोन नाल इतने शूट किया जाए तो बहुत वधिया लगना। तो इतने जे वो बन के जाए ना होटल, सामने होटल हो ते सामने उधर पानी आंदा होवे तां कितना वधिया लगूंगा। इत्थे बहुत वधिया लग रहा, देखो उत्थे सामने डैम, इत्थों पानी इधरों इस साइड तो पानी आंदा पिया, उस साइड तो पानी आंदा पिया, ते पानी सीधा जांदा ओह पता नहीं कित्थे कित्थे राजस्थान उधर कित्थे कित्थे सारे ने पता ही है। तो उधरों पानी आ रहा, जिहड़ा पानी उस साइड तो आ रहा ना, तो इस एंगल दे असीं खड़े हाँ तो सानू इन्नी ठंडी हवा आ रही है ना, पुछो ना तुसीं। तो यह हैगा जी पंजाब का नागरा फॉल, कहिंदा नागरा फॉल दे विच पानी आंदा ना उत्ते एक सैकेंड दे विच पूरी दुनिया का पानी आता, पता तेनू एक सैकेंड दे विच पूरी दुनिया का पानी आता। ये अपने मोबाइल ते लगी भी है रील बनाने वास्ते, होटल जां फिर इत्थे होवे ना होटल बनया वा तो बहुत वधिया होवे, कि चीफ है उत्थे नंगल है ना, तू भी बनाई है रील। ये मैं थोनू दस दूं जिहड़े बाहर वाले आनंदपुर साहब वाले आ ते लागले पिंड वाले आ उन्होंने तो यह लोकेशन पता होनी है, तो जड़े बाहर वाले उन्होंने दस दवें आनंदपुर साहब तो जैसे गंगूवाल जाइए गंगूवाल पावर हाउस उत्थे है, ये बहुत वधिया लोकेशन है। 24 घंटे ठंडी हवा आती है, चाहे गर्मी होवे चाहे सर्दी होवे। तो थोनू कितने लगी ये लोकेशन मैंने जरूर दस्सो कमेंट करके, मर्जी आ जाओ गंगूवाल पावर हाउस काले गेट हमेशा ही पंजाब दे विच नागरा फॉल, जो पंजाब दे विच नागरा फॉल है उस ये है बिल्कुल ठंडी हवा लो, सस्ते सुंदर टिकाऊ कनेडा टूर नागरा फॉल पंजा उत्थे नागरा फॉल $50 है टिकट, इतने फ्री दे विच तुसीं नज़ारे लो। मोंकी इतने मोंकी भी बहुत है वो कार के उपर मोंकी तैनू इतने उधर चलते हैं, वह ये कहती है कि वह पिछे जाओ वह दूजे वाली साइड से, दूजे वाली साइड से जाके दिखाते थोनू कि लोकेशन लगती है। तैनू इतने किदां लगे है ना, ठंडी हवा आती ना इतने इतने फिर कुछ जो लोग लोकेशन वाले भी कुछ ना कुछ अपना चलो जो भी इन्हें मानता है वह करते है। मौकी आ गया देखो पिछे तुम शुरू करते काम तो करते है, आंटी ने काम शुरू किया सारे आ गए देखो ध्यान ਤੁਸੀਂ ਪਾਣ ਮੱਛੇ ਨੂੰ ਆਏ ਤੇ ਉਧਰ ਇਹਨਾਂ ਨੂੰ ਪੈ ਗਈ ਹੈ ਧਿਆਨ ਨਾਲ ਪਰ ਹਨਾ ਕਿੰਨਾ ਵਧੀਆ ਪਾਣੀ ਇੱਥੋਂ ਪਾਣੀ ਆ ਰਿਹਾ ਠੰਡੀ ਹਵਾ ਆ ਰਹੀ ਹੈ ਤੇ ਇੱਥੋਂ ਹੀ ਜੇ ਕਿਤੇ ਹੋਟਲ ਬਣ ਜਾਵੇ ਨਾ ਇੱਥੇ ਬਹੁਤ ਵਧੀਆ ਤਾਂ ਲੋਕੇਸ਼ਨ ਬਹੁਤ ਵਧੀਆ ਹੋਏ ਨਹੀਂ ਹੋਟਲ ਚੱਲਣਾ ਬਹੁਤ ਹੈ ਬਹੁਤ ਵਧੀਆ ਲੋਕੇਸ਼ਨ ਹੈ ਇਹ ਤੁਹਾਨੂੰ ਕਿੱਦਾਂ ਲੱਗੀ ਮੈਨੂੰ ਦੱਸਿਓ ਜ਼ਰੂਰ ਕਮੈਂਟ ਕਰਕੇ ये आंटी होनी आए थे इतने वो मच्छियों को आटा पाने वास्ते जा कुछ हो जो भी है तो वह मच्छियों ने तो क्या वो तो मौकियों पै गए असं चले भी अपने फार्म हाउस तो हजे इतों जान का मन ही नहीं करता चलिए फिर असी दूसरी साइड पर आ गए सी काले गेटा द्वारा, तो असं पहली बार आया इधरों मैं तो इधर पूरा जंगल ही जंगल है तो उत्थे आवाज़ इन्नी आ रही है ना वो पिछे है वो पानी वाला इन्नी आवाज़ आ रही है उत्थे पानी की तो पुछो ना, तो बिल्कुल नेड़े आ गए असी पर ज़्यादा हुण असी नहीं अगे जा सकते खतरनाक हो जू। तो इत्थे इन्ने वधिया लोकेशन तो बाद असी एक होर लोकेशन पर आ गए, मतलब कि अपने फार्म हाउस के विच ये अपना पूरा फार्म हाउस, तो ये सामने ना एक आदे बकरियां इन्हें रखी हुई सामने वाले ने बकरियां हैलो 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 हाँ जी
ਕਿਤੇ ਦੇਖਦੀ ਵੀ ਹੈ ਇੱਧਰ ਨੂੰ ਆ ਜਾਈ ਕਿਤੇ। ਉਹ ਖਾ ਰਹੀ ਪਈ ਆ ਪੱਤੇ। ਅੱਜ ਕੱਲ੍ਹ ਡੇਂਗੂ ਚੱਲਦਾ ਪਿਆ, ਡੇਂਗੂ ਦੇ ਇਹਨਾਂ ਦੇ ਦੁੱਧ ਕਹਿੰਦੇ ਪੀਂਦੇ ਹੁੰਦੇ ਆ, ਬੱਕਰੀ ਦਾ ਦੁੱਧ ਪੀਓ ਡੇਂਗੂ ਦੇ ਵਿੱਚ। ਮੱਛਰ ਲੜਦਾ, ਮੱਛਰ ਲੜ ਕੇ ਇਹਨਾਂ ਨੇ ਟੋਕਨ ਵੀ ਪਾਇਆ ਹੋਇਆ, ਆਹ ਦੇ ਇਹਨਾਂ ਨੇ ਟੋਕਨ ਵੀ, ਕੰਨ ਕਿੱਡੇ ਕਿੱਡੇ ਵੱਡੇ ਇਹਦੇ। ਉਹ ਕਿੰਨੀ ਹੈ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ, ਇੱਕ ਅੱਧੀ ਹੋਰ ਉੱਧਰ ਵੀ ਹੋਣੀ ਹੈ। ਇਸ ਏਰੀਏ ਦੇ ਵਿੱਚ ਪਾਣੀ ਜ਼ਿਆਦਾ ਹੋ ਗਿਆ ਅਤੇ ਮੈਂ ਕਿਹਾ ਉਸ ਸਾਈਡ 'ਤੇ ਕੱਢਦੇ, ਉਹ ਪਾਣੀ ਉਹਦੇ ਵਿੱਚ ਉਹ ਤਾਂ ਪੈਰ ਹੀ ਆ ਗਏ ਜਿਹਦੇ, ਸਾਰਾ ਚਿੱਕੜ ਨਾਲ ਲਿਬੜ ਗਈ। ਕੋਈ ਨਹੀਂ ਕੋਈ ਨਹੀਂ ਕੋਈ ਨਹੀਂ, ਨਾਲੇ ਇਸੇ ਬਹਾਨੇ ਪੈਰ ਸਾਫ਼ ਹੋ ਜਾਣਗੇ ਨਾ, ਕਾਲੇ ਆ ਨਾ ਪੈਰ। ਚੱਲ ਸਾਰੇ ਪਾਸੇ ਧਨੀਆ ਲਾ ਤਾ ਇਹਨਾਂ ਨੇ, ਸਾਰੇ ਵਧੀਆ। ਚਲੋ ਪਾਣੀ ਪਾਈ ਮੈਂ ਹੀ ਪਾਵਾਂ, ਚਿੱਕੜ ਦੀ ਮੈਂ ਹੀ ਬਣਾ ਹੈ, ਪੈਰ ਵੀ ਮੈਂ ਹੀ ਗੰਦੇ ਕਰਾਂ, ਤੁਸੀਂ ਬਸ ਵੀਡੀਓ ਹੀ ਬਣਾਈ ਜਾਇਆ ਕਰੋ, ਹੋਰ ਕੰਮ ਨੀ ਕੋਈ, ਤੁਹਾਨੂੰ ਇਹੀ ਕੰਮ ਕਰੀ ਜਾਇਆ ਕਰੋ ਵੀਡੀਓ ਬਣਾਉਣ ਦਾ। ਵੀਡੀਓ ਵੀ ਕੋਈ ਕੋਈ ਬਣਾ ਸਕਦਾ। ਸਾਡੇ ਇੱਥੇ ਨਾ ਗੁਆਂਢ ਦੇ ਵਿੱਚ ਇੱਕ ਵਿਆਹ ਹੈ, ਡੈਡੀ ਜਾ ਆਇਆ, ਉਹਨੇ ਸਾਨੂੰ ਕਾਰਡ ਦਿੱਤਾ ਸੀਗਾ, ਉੱਥੇ ਜਾ ਆਇਆ, ਉਹ ਪਿੱਛੇ ਉਹ ਗਾਣੇ ਲੱਗੇ ਤੁਹਾਨੂੰ ਸੁਣਦੇ ਹੋਣੇ, ਅਤੇ ਕੰਮ ਇੱਥੇ ਅਸੀਂ ਕਰ ਲਿਆ, ਪਾਣੀ ਪੂਣੀ ਇੱਥੇ ਚੇਂਜ ਕਰਤਾ, ਅਤੇ ਕੱਲ੍ਹ ਹੈਗਾ ਐਤਵਾਰ, ਸਾਰਾ ਦਿਨ ਛੁੱਟੀ ਹੈ, ਅਤੇ ਮੈਨੂੰ ਐਂ ਲੱਗਦਾ ਕਿ ਕੱਲ੍ਹ ਮੇਰਾ ਬਹੁਤ ਜ਼ਿਆਦਾ ਬਿਜ਼ੀ ਡੇ ਹੋਣੇ ਵਾਲਾ, ਉਹ ਵੀ ਫਾਰਮ ਹਾਊਸ ਦੇ ਵਿੱਚ, ਇੱਥੇ ਸਾਰਾ ਹੀ ਖੇਤ ਕੱਲ੍ਹ ਕੋਸ਼ਿਸ਼ ਕਰਾਂਗੇ। ਕੱਲ੍ਹ ਦੀ ਜਿਹੜੀ ਵੀਡੀਓ ਹੈ ਨਾ, ਤੁਹਾਨੂੰ ਚੇਂਜ ਦਿਖਣ ਨੂੰ ਮਿਲੂੰਗਾ, ਉਹ ਚੇਂਜ ਇਹ ਹੈ ਕਿ ਇੱਥੇ ਅਸੀਂ ਪੂਰਾ ਸੈੱਟ ਕਰ ਦਿੰਦੇ, ਕੱਲ੍ਹ ਨਹੀਂ ਵੀਡੀਓ ਜਿਹੜੀ ਪਰਸੋਂ ਆਊਂਗੀ, ਪਰਸੋਂ ਨੂੰ ਵੀਡੀਓ ਅਸੀਂ ਪਾਵਾਂਗੇ, ਅਤੇ ਬਾਕੀ ਅੱਜ ਦੀ ਵੀਡੀਓ ਅਸੀਂ ਕਰਦੇ ਹਾਂ ਇੱਥੇ ਸਮਾਪਤ। ਮੈਨੂੰ ਪਰ ਤੁਸੀਂ ਕਮੈਂਟ ਕਰਕੇ ਇਹ ਜ਼ਰੂਰ ਦੱਸਿਓ ਕਿ ਜਿਹੜੀ ਅੱਜ ਤੁਹਾਨੂੰ ਲੋਕੇਸ਼ਨ ਦਿਖਾਈ ਹੈ ਉਹ ਤੁਹਾਨੂੰ ਕਿੱਦਾਂ ਲੱਗੀ,